ਮੈਂ ਦਲਜੀਤ ਸਿੰਘ ਪਿੰਡ ਲਵੇਨ ਤਹਿਸੀਲ ਦਸੂਆ ਜ਼ਿਲ੍ਹਾ ਹੁਸ਼ਿਆਰਪੁਰ ਦਾ ਵਸਨੀਕ ਹਾਂ। ਰਵਨੀਤ ਕੌਰ ਮੇਰੀ ਬੇਟੀ ਹੈ ਜੋ ਕਿ ਜਤਿੰਦਰ ਸਿੰਘ ਵਾਸੀ ਕੋਟਲੇ ਜੰਡ ਤਹਿਸੀਲ ਦਸੂਆ ਜ਼ਿਲ੍ਹਾ ਹੁਸ਼ਿਆਰਪੁਰ ਨੇ ਵਿਆਹੀ ਹੋਈ ਹੈ। ਮੈਂ ਇਹਨਾਂ ਦਾ ਤਕਰੀਬਨ 8 ਸਾਲ ਪਹਿਲਾਂ ਦੀ ਸ਼ਾਦੀ ਕੀਤੀ ਸੀਗੀ। ਇਹਨਾਂ ਦੇ ਕੋਈ ਬੱਚਾ ਨਹੀਂ ਸੀ ਹੋਇਆ। ਅਸੀਂ ਹੋਰ ਕਈ ਥਾਂ ਟਰਾਈ ਮਾਰੀ, ਇਹਨਾਂ ਨੇ ਆਪਣੇ ਪੱਧਰ 'ਤੇ ਵੀ ਅਜੇ ਵੀ ਨਾਲ ਕਈ ਥਾਂ ਗਿਆ ਮੈਂ, ਪਰ ਇੱਕ ਦਾ ਸਾਨੂੰ ਕਾਮਯਾਬੀ ਨਹੀਂ ਮਿਲੀ। ਫਿਰ ਸਾਨੂੰ ਡਾਕਟਰ ਸੁਣਤਾ ਫੋਕਤ ਲੁਧਿਆਣਾ ਦੇ ਹਸਪਤਾਲ ਦਾ ਪਤਾ ਲੱਗਾ, ਅਖਬਾਰ 'ਚ ਪੜਿਆ, ਸਾਨੂੰ ਲੋਕਾਂ ਨੇ ਦੱਸਿਆ, ਫਿਰ ਅਸੀਂ ਇੱਥੇ ਇਹਨਾਂ ਨੂੰ ਭੇਜਿਆ। ਇਹਨਾਂ ਨੇ ਆਪਣੇ ਪੱਧਰ 'ਤੇ ਇੱਥੇ ਆਣ ਕੇ ਦਵਾਈ ਖਾਧੀ, ਜਾਂ ਜਿੱਦਾਂ ਵੀ ਡਾਕਟਰ ਨੇ ਗਾਈਡੈਂਸ ਦਿੱਤੀ ਉੱਦਾਂ ਇਹਨਾਂ ਨੇ ਕੀਤੀ। ਔਰ ਸਾਡੇ ਹੁਣ 15 ਆਦਮੀ ਨੂੰ ਮੇਰੇ ਦੋਹਤਾ ਹੋਇਆ। ਮੈਂ ਡਾਕਟਰ ਸੁਮਿਤਾ ਸੋਖਤ ਲੁਧਿਆਣਾ ਹਸਪਤਾਲ ਦਾ ਬਹੁਤ ਧੰਨਵਾਦੀ ਹਾਂ। ਔਰ ਆਮ ਲੋਕਾਂ ਨੂੰ ਵੀ ਇਹ ਬੇਨਤੀ ਕਰਦਾ ਹਾਂ ਕਿ ਜਿਹਨਾਂ ਨੇ ਵੀ ਕੋਈ ਸਮੱਸਿਆ ਹੈਗੀ ਤਾਂ ਹਸਪਤਾਲ ਜਾਓ, ਆਪਣੇ ਆਪਣੇ ਔਲਾਦ ਪੈਦਾ ਔਲਾਦ ਵਾਦੇ ਵਾਸਤੇ ਇੱਥੋਂ ਆਪਣੀ ਦਵਾਈ ਲੈਣ, ਕਾਮਯਾਬੀ ਹੋਵੇ। ਪਰਿਵਾਰ ਬੱਚੇ ਬਗੈਰ ਪਰਿਵਾਰ ਅਧੂਰਾ ਹੈ, ਬੱਚਿਆਂ ਨਾਲ ਹੀ ਪਰਿਵਾਰ ਵੱਧਦਾ ਹੈ। ਮੈਂ ਵੀ ਦੌਰਾ ਡਾਕਟਰ ਸੁਮਿਤਾ ਸੋਖਤ ਹਸਪਤਾਲ ਲੁਧਿਆਣਾ ਦਾ ਬਹੁਤ ਬਹੁਤ ਧੰਨਵਾਦੀ ਹਾਂ। ਔਰ ਜਿਹਨਾਂ ਨੇ ਸਾਡੀ ਝੋਲੀ ਬੱਚਾ ਪਾਇਆ, ਇਹ ਮੇਰਾ ਦੋਹਤਾ ਹੈ ਸਹਿਜਦੀਪ ਸਿੰਘ। ਪਰਮਾਤਮਾ ਕਰੇ ਲੰਬੀ ਉਮਰ ਕਰੇ, ਮੈਂ ਇਹੀ ਕੰਮ ਰਿਹਾ।